ਜਿਹੜੀ ਯੂ ਐਸ ਏ 'ਚ ਹੀ ਵਿਕਟਰ ਵੈਲੀ ਕਰਕੇ ਕੈਲੀਫੋਰਨੀਆ 'ਚ, ਅਤੇ ਉਹਦੇ ਸਟੋਰ 'ਤੇ ਹੀ ਰੱਦ ਸਟੋਰ 'ਤੇ ਕੋਈ ਬੰਦਾ ਆਇਆ ਸੀ, ਉਹ ਕਹਿੰਦਾ ਕੋਈ ਪੈਸੇ ਪੂਸੇ ਖੋਣ ਲੱਗਾ ਅਤੇ ਸਮਾਨ ਮੰਗਦਾ ਸੀ, ਉਹ ਘੱਟ ਏਜ ਦਾ ਹੀ ਇਹਨੇ ਮਨਾ ਕੀਤਾ ਅਤੇ ਉਹਨੇ ਸ਼ੂਟ ਕਰ ਦਿੱਤਾ। ਤੁਸੀਂ ਜੀ ਇਸ ਇੱਦਾਂ ਦੀਆਂ ਘਟਨਾ ਵਿਦੇਸ਼ਾਂ 'ਚ ਬਹੁਤ ਜ਼ਿਆਦਾ ਹੋ ਰਹੀਆਂ, ਬਲਕਿ ਆਪਣੀ ਭਾਰਤ ਸਰਕਾਰ ਦੇ ਅੱਗੇ ਕੀ ਮੰਗ ਕਰਦੇ ਸੀ? ਅਸੀਂ ਤਾਂ ਉਹੀ ਮੰਗ ਕਰਾਂਗੇ ਕਿ ਜੀ ਹੁਣ ਅਸੀਂ ਤਾਂ ਕੀ ਕਹਿ ਸਕਦੇ ਜੀ, ਸਰਕਾਰ ਨੂੰ ਇਹੀ ਕਹਾਂਗੇ ਵੀ ਸਾਡੇ ਬੱਚੇ ਦੀ ਬੋਲੀ ਮਿਲ ਜੇ ਸਾਨੂੰ ਭਾਰਤ ਤੱਕ ਪੰਜਾਬੀ ਹੈ। ਕਿੰਨੇ ਭੈਣ ਭਰਾ ਸੀਗੇ ਜੀ? ਇਹ ਦੋਵੇਂ ਭਰਾ ਸੀ ਜੀ, ਦੋਨੇ ਕਈ ਬਾਹਰ? ਹਾਂ ਦੋਨੇ ਸੀਗੇ, ਇਕੱਠੇ ਹੀ। ਕਦੋਂ ਗਏ ਸੀ ਬਾਹਰ? ਇਹ ਅਕਸ਼ਿਤ ਗਿਆ ਸੀ ਜੀ, ਪ੍ਰਵੀਨ ਜਿਹੜਾ ਉਹਨੂੰ ਹੋ ਗਿਆ 7 ਸਾਲ ਗਿਆ, ਅਤੇ ਛੋਟਾ ਹੁਣ 3 ਮਹੀਨੇ। ਲਾਸਟ ਵੇਲੇ ਕੀ ਗੱਲ ਕੀਤੀ ਉਹਨਾਂ ਨੇ? ਕੱਲ੍ਹ ਕੋਈ ਨਹੀਂ ਸਰ, ਗੱਲ ਤਾਂ ਕੋਈ ਨਹੀਂ ਕੀਤੀ ਉਹਨਾਂ ਨੇ, ਬਸ ਉਹ ਆਪਣਾ ਕੇਸ ਲਾਉਣ ਜਾ ਰਹੇ ਛੋਟੇ ਭਰਾਵਾਂ, ਅਤੇ ਉਹਦੇ ਵਾਸਤੇ ਜਾਣਾ ਸੀ, ਉਹ ਗੱਲ ਹੋਈ ਮੇਰੇ ਨਾਲ ਕਿ ਅਸੀਂ ਅੱਜ ਨਿਕਲ ਜਾਣਾ, ਅਤੇ ਉਹਨਾਂ ਨੇ 9-10 ਵਜੇ ਜਾਣਾ ਸੀ, ਅਤੇ ਇੰਨੀ ਨੂੰ ਕੋਈ ਆਪਣੇ ਵਿਆਹ ਵੂ ਬਾਰੇ ਕੋਈ ਗੱਲ ਕਰਦਾ ਹੋਏ ਵੀ ਮੈਂ ਆਉਣਾ ਤਾਂ ਮੈਂ ਛੁੱਟੀ ਆਉਣਾ, ਕੇਸ ਲਾਉਣਾ, ਪੱਕੇ ਹੋ ਕੇ ਵਿਆਹ ਵੂ ਕਰਾਂਗੇ? ਕੋਈ ਕੇਸ ਦੀ ਇਹ ਸਾਲ 'ਚ ਉਹਨਾਂ ਦੀ ਮਾਸਟਰ ਆਇਆ ਸੀ, ਅਤੇ ਉਹਨਾਂ ਨੂੰ ਚਾਂਸ ਸੀਗਾ ਕਿ ਪੂਰਾ ਪੱਕਾ ਹੋਣ ਦਾ, ਵੀ ਇਹ ਸਾਲ 'ਚ ਉਹਨਾਂ ਨੇ ਪੱਕੇ ਹੋਏ ਆ, ਅਤੇ ਫਿਰ ਆਖਰੀ ਸਾਰੇ ਕੰਮ ਹੋਏ। ਕੀ ਭਾਰਤ ਸਰਕਾਰ ਤੋਂ ਕੀ ਮੰਗ ਕਰਦੇ? ਅਸੀਂ ਤਾਂ ਉਹੀ ਮੰਗ ਕਰਦੇ ਹਾਂ ਜੀ, ਹੁਣ ਸਾਨੂੰ ਬੋਡੀ ਲਿਆ ਸਾਡੀ ਵੱਲ।